केपीडी न्यूज, हक सच और इंसाफ की आवाज। ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਅਦਲੀਵਾਲ 'ਚ ਸੰਤ ਨਿਰੰਕਾਰੀ ਮੰਡਲ 'ਚ ਅੱਤਵਾਦੀ ਹਮਲਾ ਹੋਣ ਦੀ ਖਬਰ ਹੈ। ਇਸ ਹਮਲੇ ਵਿੱਚ 3 ਲੋਕਾਂ ਦੀ ਮੌਤ ਅਤੇ 8 ਲੋਕ ਜ਼ਖਮੀ ਹੋ ਗਏ। ਜਾਣਕਾਰੀ ਦੇ ਅਨੁਸਾਰ ਨਿਰੰਕਾਰੀ ਭਵਨ 'ਚ ਸਤਸੰਗ ਦੌਰਾਨ 2 ਨੌਜਵਾਨ ਬਾਈਕ 'ਤੇ ਆਏ ਅਤੇ ਉਹਨਾਂ ਨੇ ਬੰਬ ਸੁੱਟਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਇਸ ਘਟਨਾ ਤੋਂ ਬਾਅਦ ਪੰਜਾਬ ਭਰ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਲੰਧਰ ਵਿੱਚ ਪੁਲਿਸ ਨੇ ਥਾਂ ਥਾਂ ਨਾਕੇਬੰਦੀ ਕਰਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰ ਦਿੱਤੇ ਹਨ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸਪੈਸ਼ਲ ਨਾਕਾਬੰਦੀ ਲਗਾ ਕੇ ਆਉਣ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬਾਜ਼ਾਰ ਦੇ ਵਿੱਚ ਬਹੁਤ ਭਾਰੀ ਰਸ਼ ਹੈ ਅਤੇ ਇਸ ਰਸਤੇ ਵਿੱਚ ਕਈ ਵਾਰੀ ਕੋਈ ਚੋਰ ਡੱਕੇ ਵੱਜ ਜਾਂਦੇ ਆ ਅਤੇ ਉਹਨਾਂ ਨੂੰ ਰੋਕਣ ਲਈ ਅਤੇ ਲੋਕਾਂ ਦੀ ਸੇਫਟੀ ਅਤੇ ਸਕਿਉਰਟੀ ਲਈ ਸਾਡੀ ਕਮਿਊਨਿਟੀ ਚੈਕਿੰਗ ਆ ਅਤੇ ਕਿਤੇ ਵੀ ਕਰਦੇ ਸਰ। ਜਿਹੜੀ ਹੈ ਅੱਜ ਅੰਮ੍ਰਿਤਸਰ ਧਮਾਕਾ ਹੋਇਆ ਜਾਂ ਕੁਛ ਇਹਦੇ ਕਰਕੇ ਵੀ ਕੋਈ ਸਰ ਸਿਕਿਉਰਟੀ ਵਧੀ ਗਈ? ਬਿਲਕੁਲ, ਉਹਦੇ ਕਰਕੇ ਵੀ ਮਤਲਬ ਜਿਹੜੀ ਹੈਗੀ ਹੈ ਸਿਕਿਉਰਟੀ ਉਹਦਾ ਹੀ ਪਾਰਟ ਹੈ। ਉਹਦੇ ਨਾਲ ਵੀ ਹੈਗਾ ਕਿ ਉਹ ਜਿੱਥੇ ਧਮਾਕਾ ਹੋਇਆ ਅਤੇ ਪ੍ਰੀਕੋਸ਼ਨਲੀ ਅਸੀਂ ਵੀ ਨਾਲ ਸਟੈਪ ਲੈ ਰਹੇ ਹੈਗੇ ਹਾਂ, ਚੈਕਿੰਗ ਕਰ ਰਹੇ ਹੈਗੇ। ਸਰ ਕੋਈ ਤੁਹਾਨੂੰ ਕੁਛ ਸ਼ੱਕੀ ਬੰਦਾ ਲੱਭਿਆ ਹੋਵੇ ਜਾਂ ਕੁਛ? ਕੋਈ ਸ਼ੱਕੀ ਬੰਦਾ ਨਹੀਂ ਸਾਨੂੰ ਲੱਭਿਆ ਹੈਗਾ। ਠੀਕ ਹੈ ਜੀ, ਕਰ ਸਕਤੇ ਹੈ। ਮੈਂ ਸਮਝਤਾ ਹੂੰ ਕਿ ਯੇ ਹਮਾਰੀ ਸੁਰੱਖਿਆ ਬਲ ਕੀ ਔਰ ਹਮਾਰੀ ਇੰਟੈਲੀਜੈਂਸ ਕੀ ਚੂਕ ਹੈ ਔਰ ਚੂਕ ਕਹਾਂ ਕੀ ਹੋਈ ਹੈ। ਜਾਕਿਰ ਮੂਸਾ ਕੀ ਮੂਵਮੈਂਟ ਥੀ ਜਹਾਂ ਪੇ ਦੇਖੀ ਜਾ ਰਹੀ ਥੀ ਤੋ ਪੁਲਿਸ ਕੇ ਬਿਲਕੁਲ ਬਿਲਕੁਲ ਸਹੀ ਹੈ ਆਪਨੇ ਕਹਾ ਕਿ ਹਮਾਰਾ ਪੰਜਾਬ ਬਿਲਕੁਲ ਹਾਈ ਅਲਰਟ ਪੇ ਹੈ, ਹਮਾਰੀ ਫੋਰਸਿਸ ਬਿਲਕੁਲ ਹਾਈ ਅਲਰਟ ਪੇ ਥੀ ਔਰ ਫਿਰ ਵੀ ਐਸੇ ਮੌਕਾ वो तलाश लेते हैं कि यहाँ पे कोई जाने वाला ना हो। ये गांव है और ये यहाँ पे ऐसी घटना हुई है। अभी हम लोग आए हैं और कहाँ चुक हुई है और उसके बारे में भी इन्वेस्टिगेशन होगी। और मैंने आपको कहा है ये एक बात के लिए कि आप सब दोस्त जानते हो कि पंजाब को पहले ही बहुत दफ़ा उन लोगों ने कोशिश ऐसे की है, फिर कोशिश उन लोगों ने ऐसी की है, लेकिन पंजाब के लोग हमेशा बहादुरी से इन सब का मुकाबला करते रहे हैं और हम डरने वाले नहीं हैं। फिर इनका मुकाबला करेंगे, चाहे जितना भी जोर लगा लें आतंकवादी पंजाब को बर्बाद नहीं होने। डॉक्टर साहब, पुलिस का फेलियर नहीं है लगता आपको? मैं कह रहा हूँ कि सुरक्षा बल का फेलियर है, इंटेलिजेंस का फेलियर है, चाहे केंद्र की है चाहे पंजाब। साहब जी मांगे ही की करनी है, फरियादी कर सकते हैं। नाम की नाम ਮੈਂ ਦੇਖਿਆ ਇਹੀ ਹੈ ਜੀ, ਮੈਂ ਹਾਲ ਦੇ ਵਿੱਚ ਬੈਠਾ ਸੀ ਤੇ ਸ਼ਬਦ ਜੈਸਮੈਨ ਹੋ ਰਿਹਾ ਸੀ ਮਹਾਰਾਜ ਦਾ ਤੇ ਭੈਣ ਜੀ ਇੱਕ ਸ਼ਬਦ ਬੋਲਣ ਡੇ ਸੀ ਤੇ ਉਹਨਾਂ ਚ ਮਗਨ ਸੀ ਸਾਰੇ ਮਹਾਂਪੁਰਸ਼ ਤੇ ਪਿੱਛੋਂ ਕਹਿੰਦੇ ਗੇਟ ਤੇ ਆਏ, ਉਹਨਾਂ ਦੇ ਵਾਰ ਵਾਰ ਰੱਖੇ ਆ ਤੇ ਜਿਹੜੇ ਅੰਦਰ ਮੇਨ ਗੇਟ ਤੇ ਉਹਨਾਂ ਦੇ ਵਾਰ ਵਾਰ ਰੱਖੇ, ਕਹਿੰਦੇ ਚੁੱਪ ਕੀਤੇ ਰਹੋ, ਰੌਲਾ ਨਾ ਪਾਇਓ। ਤੇ ਮੇਰੇ ਕੰਨ ਦੇ ਲਾਗੋਂ ਦੀ ਬਿਲਕੁਲ ਬੰਬ ਲੰਘਿਆ ਆ ਤੇ ਮੈਂ ਪਿੱਛੇ ਭੌਂ ਕੇ ਵੇਖਿਆ ਤੇ ਕਿਸੇ ਬੱਚੇ। ਦੇਸ਼ ਵਿਦੇਸ਼ ਔਰ ਆਪਣੀ ਸ਼ਹਿਰ ਕੀ ਲੋਕਲ ਖਬਰ ਕੇ ਲਿਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਜ਼ਰੂਰ ਕਰੇ ਔਰ ਘੰਟੀ ਕੇ ਬਟਨ ਕੋ ਜ਼ਰੂਰ ਦਬਾਏ। ਆਪਕਾ ਮਨਪਸੰਦ ਨਿਊਜ਼ ਚੈਨਲ KPD ਨਿਊਜ਼, ਹੱਕ ਸੱਚ ਔਰ ਇਨਸਾਫ ਕੀ ਆਵਾਜ਼ ਆਪਕੋ ਰੱਖੇ ਸਭ ਸੇ ਆਗੇ।